जिहड़े बेकसूरे सी उह 157 दे विच छड्डे भी जा चुके आ। उह सरकार तों साडी मंग आ वी उहनां नूं जमानतां ते छड्डिया गया डिस्चार्ज किया जाए सारिआं नूं। साडे बच्चे NSA दे विच बाहर इत्थों पंजाबों भेज दित्ते आ, उहनां दे माता पिता नूं जां उहनां दी घरवाली नूं ते उहनां दे वकीलां नूं उत्थे जिहड़ी आ उह जाण दी इजाजत दित्ती जावे। ਅਸੀਂ DC ਆਫਿਸ ਦੇ ਵਿੱਚ ਜਾ ਕੇ ਉੱਥੇ ਧਰਨਾ ਦੇਵਾਂਗੇ ਅਤੇ ਉਹਨਾਂ ਨੂੰ ਇੱਕ ਮੈਮੋਰੈਂਡਮ ਵੀ ਦੇਵਾਂਗੇ ਕਿ ਜਿੰਨੇ ਵੀ ਨਜ਼ਰਬੰਦ ਜਿਹੜੇ ਕੇਸਾਂ ਦੇ ਵਿੱਚ ਆ ਉਹਨਾਂ ਦੀ ਨਜ਼ਰਸਾਨੀ ਕਰਕੇ ਬਹੁਤ ਸਾਰੇ ਉਹਨਾਂ ਦੇ ਵਿੱਚ ਵੀ ਬੇਕਸੂਰੇ ਆ, ਉਹਨਾਂ ਬੇਕਸੂਰਿਆਂ ਨੂੰ ਵੀ ਰਿਹਾ ਕੀਤਾ ਜਾਵੇ। ਆਪਰੇਸ਼ਨ ਅੰਮ੍ਰਿਤਪਾਲ 'ਚ ਵੱਡੀ ਖਬਰ ਲੈ ਕੇ ਆਏ ਹਾਂ। ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ SGPC ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਉਹਨਾਂ ਨੌਜਵਾਨਾਂ ਨੂੰ ਰਿਹਾ ਕਰੇ ਜਿਨ੍ਹਾਂ ਨੂੰ ਪੁਲਿਸ ਨੇ ਅੰਮ੍ਰਿਤਪਾਲ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ। ਵੱਡੀ ਗਿਣਤੀ 'ਚ ਪਹੁੰਚੇ SGPC ਮੈਂਬਰ ਅਤੇ ਪ੍ਰਧਾਨ ਧਾਮੀ ਵੱਲੋਂ ਸਰਕਾਰ ਨੂੰ ਮੈਮੋਰੈਂਡਮ ਦਿੱਤਾ ਗਿਆ ਹੈ ਕਿ ਜਲਦ ਇਹਨਾਂ ਨੌਜਵਾਨਾਂ ਨੂੰ ਰਿਹਾ ਕੀਤਾ ਜਾਵੇ। ਇਸ ਤੋਂ ਇਲਾਵਾ ਪ੍ਰਧਾਨ ਸਾਹਿਬ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਨੌਜਵਾਨਾਂ ਤੇ ਪੁਲਿਸ ਵੱਲੋਂ NSA ਲਗਾਈ ਗਈ ਹੈ ਜੋ ਬਾਹਰੀ ਸੂਬਿਆਂ ਦੀਆਂ ਜੇਲ੍ਹਾਂ 'ਚ ਬੰਦ ਨੇ, ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਜਾਂ ਫਿਰ ਵਕੀਲਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਕਤੰਤਰ ਦੇ ਵਿੱਚ ਹਰ ਇੱਕ ਬੰਦੇ ਨੂੰ, ਹਰ ਇੱਕ ਜਥੇਬੰਦੀ ਨੂੰ ਇੱਕ ਅਧਿਕਾਰ ਆ ਕਿ ਆਪਣੇ ਹੱਕਾਂ ਲਈ ਉਹ ਐਡਮਿਨਿਸਟ੍ਰੇਸ਼ਨ ਨੂੰ, ਸਰਕਾਰ ਨੂੰ ਜਾਂ ਕਿਸੇ ਉੱਚ ਅਧਿਕਾਰੀਆਂ ਨੂੰ ਆਪਣੀ ਜਿਹੜੀ ਆ ਉਹ ਗੱਲ ਕਹਿ ਸਕਦਾ। ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਇਹ ਜਿਹੜਾ ਮਾਹੌਲ ਚੱਲ ਰਿਹਾ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਬੇਕਸੂਰੇ ਸੀ ਉਹ 157 ਦੇ ਵਿੱਚ ਛੱਡੇ ਵੀ ਜਾ ਚੁੱਕੇ ਆ। ਉਹ ਸਰਕਾਰ ਤੋਂ ਸਾਡੀ ਮੰਗ ਆ ਵੀ ਉਹਨਾਂ ਨੂੰ ਜਮਾਨਤਾਂ 'ਤੇ ਛੱਡਿਆ ਗਿਆ ਡਿਸਚਾਰਜ ਕੀਤਾ ਜਾਵੇ ਸਾਰਿਆਂ ਨੂੰ। ਦੂਸਰਾ, ਜਿਹੜੇ ਜਿਨ੍ਹਾਂ 'ਤੇ ਪਰਚੇ ਦਰਜ ਆ, ਅਸੀਂ DC ਆਫਿਸ ਦੇ ਵਿੱਚ ਜਾ ਕੇ ਉੱਥੇ ਧਰਨਾ ਦੇਵਾਂਗੇ ਅਤੇ ਉਹਨਾਂ ਨੂੰ ਇੱਕ ਮੈਮੋਰੈਂਡਮ ਵੀ ਦੇਵਾਂਗੇ ਕਿ ਜਿੰਨੇ ਵੀ ਨਜ਼ਰਬੰਦ ਜਿਹੜੇ ਕੇਸਾਂ ਦੇ ਵਿੱਚ ਆ ਉਹਨਾਂ ਦੀ ਨਜ਼ਰਸਾਨੀ ਕਰਕੇ ਬਹੁਤ ਸਾਰੇ ਉਹਨਾਂ ਦੇ ਵਿੱਚ ਵੀ ਬੇਕਸੂਰੇ ਆ, ਉਹਨਾਂ ਬੇਕਸੂਰਿਆਂ ਨੂੰ ਵੀ ਰਿਹਾ ਕੀਤਾ ਜਾਵੇ। ਦੂਜੀ ਸਾਡੀ ਇੱਕ ਇਹ ਵੀ ਮੰਗ ਆ, ਕਿਉਂਕਿ ਬਹੁਤ ਸਾਰੇ ਮਾਪੇ ਮੈਨੂੰ ਟੈਲੀਫੋਨ ਵੀ ਕਰਦੇ ਆ ਕਿ ਸਾਡੇ ਬੱਚੇ NSA ਦੇ ਵਿੱਚ ਬਾਹਰ ਇੱਥੋਂ ਪੰਜਾਬੋਂ ਭੇਜ ਦਿੱਤੇ ਆ, ਉਹਨਾਂ ਦੇ ਮਾਤਾ ਪਿਤਾ ਨੂੰ ਜਾਂ ਉਹਨਾਂ ਦੀ ਘਰਵਾਲੀ ਨੂੰ ਅਤੇ ਉਹਨਾਂ ਦੇ ਵਕੀਲਾਂ ਨੂੰ ਉੱਥੇ ਜਿਹੜੀ ਆ ਉਹ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਸੋ ਇਹ ਮੁੱਖ ਤੌਰ ਦੇ ਉੱਤੇ ਸਾਡੀਆਂ, ਬਾਕੀ ਬਾਅਦ 'ਚ ਗੱਲ ਕਰਾਂਗੇ। ਠੀਕ ਹੈ। ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ 18 ਮਾਰਚ ਨੂੰ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਲਈ ਆਪਰੇਸ਼ਨ ਉਲੀਕਿਆ ਗਿਆ ਸੀ, ਜਿਸ ਤੋਂ ਬਾਅਦ ਉਸਦੇ ਕਈ ਸਾਥੀ ਤਾਂ ਪੁਲਿਸ ਨੇ ਹਿਰਾਸਤ 'ਚ ਲੈ ਲਏ, ਪਰ ਅੰਮ੍ਰਿਤਪਾਲ ਭੱਜਣ ਵਿੱਚ ਕਾਮਯਾਬ ਹੋ ਗਿਆ, ਜਿਸ ਤੋਂ ਬਾਅਦ ਉਸਦੀ ਗ੍ਰਿਫਤਾਰੀ ਲਈ ਜਗ੍ਹਾ ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਉਹ ਅਜੇ ਵੀ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਹੈ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।